ਅਸਲਾਮ ਵਾਲੇਕੁਮ ਵੀਰੋ, ਕੀ ਹਾਲ ਚਾਲ ਹੈ? ਵੀਰੋ, ਸਿੱਖ ਵੀਰਾਂ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ। ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘ ਹੁਣ ਬਹੁਤ ਜਲਦੀ ਰਿਹਾਅ ਹੋਣ ਵਾਲੇ ਹੈ, ਕਿਉਂਕਿ ਸਿੱਖ ਪੰਥ ਨੇ, ਪੂਰੇ ਪੰਥ ਨੇ ਇੱਕ ਵੱਡਾ ਹੀ ਚੇਤਾਵਨੀ ਦੇ ਦਿੱਤੀ ਹੈ, ਇੱਕ ਵੱਡਾ ਫੈਸਲਾ ਕਰ ਲਿਆ ਵੈ। ਵੀਰੋ, ਕਿਹੜਾ ਫੈਸਲਾ ਕੀਤਾ ਵੈ ਅਤੇ ਕਦੋਂ ਬੰਦੀ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਰਿਹਾਅ ਹੋਣਗੇ? ਪੂਰੀ ਤਫਸੀਲ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ, ਸੋ ਚੱਲ ਕੇ ਵੀਡੀਓ ਦੇਖਦੇ ਹਾਂ ਅਤੇ ਇਸ ਦੇ ਬਾਰੇ ਜਾਣਦੇ ਹਾਂ। ਪੰਜਾਬੀਓ, ਗੱਲ ਇਹ ਹੈ ਵੀ ਬਹੁਤ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਸਿੰਘਾਂ ਲਈ ਤੇ ਭਾਈ ਅੰਮ੍ਰਿਤਪਾਲ ਲਈ, ਜਿਹੜਾ ਕਿ ਐਡਾ ਵੱਡਾ ਸੰਘਰਸ਼ ਆਪਣੇ ਸਿੰਘਾਂ ਨੇ ਵਿੱਢਿਆ ਸੀ ਭਾਈ ਅੰਮ੍ਰਿਤਪਾਲ ਨੂੰ ਲੈ ਕੇ ਤੇ ਬੰਦੀ ਸਿੰਘਾਂ ਨੂੰ ਲੈ ਕੇ। ਬਹੁਤ ਵੱਡੀ ਅਪਡੇਟ ਹੈ ਕਿ ਤੁਹਾਡਾ ਦਿਲ ਖੁਸ਼ ਹੋ ਜਾਵੇ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ, ਪਹਿਲੇ ਹੀ ਸਟੈਪ ਦੇ ਉੱਤੇ ਜਿਹੜੀ ਕਿ ਮੇਰੀ ਬੇਨਤੀ ਹੋਊਗੀ ਸਾਰੇ ਭੈਣ ਭਰਾਵਾਂ ਨੂੰ ਕਿ ਜਿਵੇਂ ਸਾਡੇ ਇਕੱਲੇ ਇਕੱਲੇ ਸਿੰਘ ਦੇ ਕੋਲ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ, ਕਿਉਂਕਿ ਇਸ ਚੀਜ਼ ਦੀ ਜਿਹੜੀ ਕਿ ਲੋੜ ਸੀ ਸਾਡੇ ਪੰਜਾਬ ਨੂੰ, ਸੋ ਉਹ ਆਪਣੀ ਪੂਰੀ ਹੋਣ ਜਾ ਰਹੀ ਹੈ ਤੇ ਬਹੁਤ ਵੱਡੀ ਯਾਨੀ ਖੁਸ਼ਖਬਰੀ ਕਹਿ ਸਕਦੇ ਹਾਂ ਆਪਣੇ ਪੰਜਾਬ ਦੇ ਲਈ, ਪੂਰੇ ਪੰਜਾਬ ਲਈ। ਮੈਂ ਕਹੂੰਗਾ ਕਿ ਜਿਵੇਂ ਸਾਡੇ ਸਿੱਖ ਸਮਾਜ ਨੂੰ ਲੈ ਕੇ ਹਰ ਰੋਜ਼ ਟਾਰਗੇਟ ਹੀ ਕੀਤਾ ਜਾਂਦਾ ਸੀ, ਬੇਅਦਬੀਆਂ ਦੇ ਮਾਮਲੇ ਬਥੇਰੇ ਹੋ ਰਹੇ ਸੀ, ਅੱਜ ਵੀ ਹੋ ਰਹੇ ਨੇ, ਪਰ ਅੱਜ ਜਿਹੜੀ ਖੁਸ਼ਖਬਰੀ ਦਾ ਮਾਹੌਲ ਤੇ ਜਿਹੜੀ ਖੁਸ਼ਖਬਰੀ ਆ ਰਹੀ ਹੈ ਉਹ ਭਾਈ ਅੰਮ੍ਰਿਤਪਾਲ ਨੂੰ ਲੈ ਕੇ ਤੇ ਬੰਦੀ ਸਿੰਘਾਂ ਨੂੰ ਲੈ ਕੇ। ਉਹ ਕੀਤਾ ਕਿਹਨਾਂ ਨੇ ਆ ਸਾਰਾ ਕੰਮ? ਭਾਈ ਸਰਬਜੀਤ ਸਿੰਘ ਜੀ ਖਾਲਸਾ, ਇਹਨਾਂ ਦਾ ਮੈਂ ਬਹੁਤ ਵੱਡਾ ਧੰਨਵਾਦੀ ਹੋਊਂਗਾ, ਕਿਉਂਕਿ ਇੱਕ ਨਾਮ ਹੈ, ਦੂਜਾ ਤਰਸੇਮ ਸਿੰਘ, ਜਿਹੜਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ, ਇਹਨਾਂ ਦੇ ਵੀ ਧੰਨਵਾਦੀ ਹਾਂ ਅਸੀਂ, ਕਿਉਂਕਿ ਇਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਹੈ। ਪਰ ਜਿਹੜੀ ਹੁਣ ਮੈਂ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਦੇਣ ਲੱਗ ਰਿਹਾ, ਉਹ ਗੱਲ ਕੀ ਹੈ ਵੀ ਹੁਣ ਕੇਂਦਰ ਸਰਕਾਰ ਨੂੰ ਖੁੱਲ੍ਹੀ ਚੇਤਾਵਨੀ ਦੇ ਦਿੱਤੀ ਗਈ ਹੈ ਵੀ ਭਾਈ ਜੇਕਰ 20 ਅਕਤੂਬਰ ਤੋਂ ਬਾਅਦ, 20 ਅਕਤੂਬਰ ਤੱਕ ਜੇ ਅਗਰ ਨਹੀਂ ਛੱਡਿਆ ਭਾਈ ਅੰਮ੍ਰਿਤਪਾਲ ਸਿੰਘ ਨੂੰ, ਰਿਹਾ ਨਾ ਕੀਤਾ ਤੇ ਬੰਦੀ ਸਿੰਘਾਂ ਨੂੰ, ਤੇ ਬਹੁਤ ਵੱਡਾ ਯਾਨੀ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਕਿ ਫੈਸਲਾ ਉਹ ਲਿਆ ਜਾਊਗਾ ਤੇ ਪੂਰੀ ਮਤਲਬ ਇਹਦੇ ਵਿੱਚ ਕਹਾਣੀ ਬਹੁਤ ਜ਼ਿਆਦਾ ਵੱਡਾ ਸੰਘਰਸ਼ ਵਿੱਢਿਆ ਜਾਊਗਾ। ਤੇ ਇਹਦੀ ਗੱਲ ਕੀ ਹੈ ਸਾਰੀ ਕੁੱਲ ਮਿਲਾ ਕੇ ਵੀ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਪੱਕੀ ਸਮਝੋ, ਕਿਉਂਕਿ 20 ਅਕਤੂਬਰ ਤੇ ਆਪਣੇ ਯੋਧੇ ਦੇ ਆਉਣ ਦੇ ਪੂਰੇ ਫੁੱਲ ਚਾਂਸ ਬਣੇ ਹੋਏ ਨੇ। ਖੁਸ਼ਖਬਰੀ ਦੀ ਗੱਲ ਆ ਸਾਡੇ ਪੰਜਾਬ ਲਈ, ਸਾਡੇ ਲਈ, ਕਿਉਂਕਿ ਸਾਡਾ ਹੱਕ ਆ ਉਹ। ਮੈਂ ਤਾਂ ਭਾਈ ਅੰਮ੍ਰਿਤਪਾਲ ਨੂੰ ਤੇ ਬੰਦੀ ਸਿੰਘਾਂ ਨੂੰ ਸਾਡਾ ਹੱਕ ਮੰਨਦਾ ਪੰਜਾਬ ਦਾ, ਵੀ ਸਾਨੂੰ ਕੋਈ ਕਣਕਾਂ ਨਹੀਂ ਚਾਹੀਦੀਆਂ, ਸਾਨੂੰ ਕੋਈ ਬਿਜਲੀ ਮਾਫ ਨਹੀਂ ਚਾਹੀਦੀ, ਸਾਨੂੰ ਕੋਈ ਹੋਰ ਚੀਜ਼ ਦੀ ਨਹੀਂ ਲੋੜ। ਸਾਡੇ ਪੰਜਾਬ ਨੂੰ ਜੇ ਅਸਲੀ ਦੇ ਵਿੱਚ ਲੋੜ ਆ ਨਾ ਤਾਂ ਉਹਨਾਂ ਯੋਧਿਆਂ ਦੀ ਹੈ, ਜਿਹੜੇ ਕਿ ਸਾਡੀ ਪੰਜਾਬ ਦੀ ਨੌਜਵਾਨੀ ਜਿਹੜੀ ਡੁੱਬਦੀ ਜਾ ਰਹੀ ਹੈ ਹਰ ਰੋਜ਼ ਨਸ਼ਿਆਂ ਦੇ ਵਿੱਚ। ਹੋਰ ਬਥੇਰੇ ਜਾਨੀ ਕਾਰੇ ਇਹੋ ਜਿਹੇ ਨੇ ਹੈਗੇ ਨੇ ਵੀ ਜਿਵੇਂ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵੱਲ ਨੂੰ ਸਿੱਖੀ ਤੋਂ ਹਟ ਕੇ ਵੀ ਜਾ ਰਹੇ ਨੇ। ਵੱਡੇ ਪੱਧਰ ਤੇ ਦੇਖਣ ਨੂੰ ਇਹ ਵੀ ਮਿਲਿਆ ਵੀ ਸਿੱਖੀ ਨੂੰ ਛੱਡ ਕੇ ਲੋਕ ਨਸ਼ਿਆਂ ਦੇ ਵੱਲ ਨੂੰ ਜਾ ਰਹੇ ਨੇ, ਪਰ ਹੁਣ ਜਿਹੜੀ ਕਿ ਘੜੀ ਆ ਰਹੀ ਹੈ ਸਾਹਮਣੇ ਉਹ ਇਹੀ ਆ ਵੀ ਸਾਡੇ ਯੋਧੇ ਜਿਹੜੇ ਸਿੱਖੀ ਦੇ ਝੰਡੇ ਥੱਲੇ ਕਰਨ ਵਾਲੇ ਨਸ਼ਿਆਂ ਨੂੰ ਯਾਨੀ ਕਿ ਵਿਰੁੱਧ ਜਿਹੜੀ ਨਸ਼ਿਆਂ ਦੇ ਮੁਹਿੰਮ ਚਲਾਉਣ ਵਾਲੇ ਸਾਡੇ ਪੰਥ ਦੇ ਰਾਖੇ ਨੇ, ਜਿਹੜੇ ਸਾਡੇ ਭਰਾ ਕਹਿ ਸਕਦੇ ਹਾਂ ਅਸੀਂ ਬੜੇ ਗਰਵ ਦੇ ਨਾਲ, ਉਹਨਾਂ ਨੂੰ ਹੁਣ ਬਾਹਰ ਲਿਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਨੇ ਬੇਹੱਦ ਜ਼ਿਆਦਾ ਪੰਜਾਬੀ ਉਹ ਤੇਜ਼ ਕਰ ਦਿੱਤੀਆਂ ਗਈਆਂ ਨੇ, ਕਿਉਂਕਿ ਤੁਸੀਂ ਇਸ ਗੱਲ ਤੋਂ ਵੀ ਅੰਦਾਜ਼ਾ ਲਾ ਸਕਦੇ ਆ ਜਿਵੇਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਭਾਈ ਸਰਬਜੀਤ ਸਿੰਘ ਜੀ ਖਾਲਸਾ ਹੋਰ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਇਕੱਠ ਹੋਇਆ।
ਉਸ ਇਕੱਠ ਨੇ ਇਹ ਜਿਹੜੀ ਕਿ ਸਰਕਾਰ ਹੈ ਨਿਕੰਮੀ ਪੰਜਾਬ ਦੀ ਸੈਂਟਰ ਗੌਰਮੈਂਟ ਦੇ ਨਾਲ ਰਲ ਕੇ ਜਿਹੜਾ ਪੰਜਾਬ ਦੇ ਨਾਲ ਧੱਕਾ ਕਰ ਰਹੀ ਸੀ ਉਹਦੇ ਹੁਣ ਵੱਲ ਨੂੰ ਜਿਹੜਾ ਕਿ ਸਾਡਾ ਸਿੰਘਾਂ ਦਾ ਕਾਫਲਾ ਵੱਧ ਚੁੱਕਿਆ ਹੁਣ ਜਿਵੇਂ ਕਹਿ ਸਕਦੇ ਹਾਂ ਕਿ ਆਖਰੀ ਮਿਸ਼ਨ ਇਹ ਜਿਹੜਾ ਕਿ ਬਹੁਤ ਵੱਡਾ ਮਿਸ਼ਨ ਹੈ ਸਿੰਘਾਂ ਦਾ ਇਹਨੂੰ ਤੁਸੀਂ ਕਿਸੇ ਵੀ ਨਾਮ ਦੇ ਨਾਲ ਨਾਮ ਲੈ ਸਕਦੇ ਹੋ ਕਿਉਂਕਿ ਜਿਹੜਾ ਕਿ ਹੁਣ ਹੱਕਾਂ ਦੀ ਗੱਲ ਖੋਣ ਦੀ ਸੀ ਨਾ ਉਹ ਹੱਕ ਲੈ ਗਏ ਨੇ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿਉਂ ਕਿਉਂਕਿ ਯਾਰ ਬਾਈ ਬਹੁਤ ਜੂਝੀ ਜਾਂਦਾ ਪੰਜਾਬ ਕਿਤੇ ਨਾ ਕਿਤੇ ਸਾਡੇ ਸਿੰਘਾਂ ਦਾ ਜਿਹੜਾ ਜ਼ਮੀਰ ਹੈ ਉਹਨੂੰ ਜਿਵੇਂ ਕਿ ਜਿਵੇਂ ਕਹਿ ਸਕਦੇ ਹਾਂ ਵੀ ਇੱਕ ਹਲੂਣਾ ਵੱਜਿਆ ਇੱਕ ਐਸੀ ਲਹਿਰ ਉੱਠੀ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਿ ਸਾਡੇ ਸਿੰਘਾਂ ਦੇ ਨਾਲ ਹੁਣ ਪਰਮਾਤਮਾ ਜਿਵੇਂ ਕਹਿ ਸਕਦੇ ਹਾਂ ਖੁਦ ਗੁਰੂ ਸਾਹਿਬ ਆਪ ਖੜ ਗਏ ਨੇ ਤੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਤੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਪੱਕੀ ਸਮਝੋ ਕਿਉਂਕਿ ਤੁਸੀਂ ਹਿਸਾਬ ਲਾ ਲਓ ਵੀ ਪੰਜਾਬ ਦੇ ਵਿੱਚ ਮੈਂ ਕਹਿੰਦਾ ਵੀ ਜੇ ਪੰਜਾਬ ਦੇ ਵਿੱਚ ਪਰਸੈਂਟਾਂ ਦੇ ਹਿਸਾਬ ਨਾਲ ਵੇਖੀਏ 70-80% ਜਨਤਾ ਜਿਹੜੀ ਹੈ ਉਹ ਆਪਣੀ ਮੁਹਿੰਮ ਯਾਨੀ ਭਾਈ ਅੰਮ੍ਰਿਤਪਾਲ ਨੂੰ ਕਢਾਉਣ ਦੇ ਵਿੱਚ ਯੋਗਦਾਨ ਦੇ ਰਹੀ ਹੈ ਸਭ ਤੋਂ ਵੱਡੀ ਗੱਲ ਕਿਉਂਕਿ ਮੇਰੇ ਕੋਲੇ ਸਟੇਟਮੈਂਟਾਂ ਦੇ ਆਧਾਰ ਤੇ ਜਿਹੜੇ ਕਿ ਤੁਸੀਂ ਭੈਣ ਭਰਾ ਮੈਨੂੰ ਕਮੈਂਟ ਕਰਦੇ ਹੋ ਇਹਨਾਂ ਚੀਜ਼ਾਂ ਤੋਂ ਵੀ ਸਟੱਡੀ ਹੁੰਦੀ ਹੈ ਬਾਕੀ ਸਾਨੂੰ ਹੋਰ ਸਾਡੇ ਭੈਣ ਭਰਾ ਬਥੇਰੇ ਮਿਲਦੇ ਨੇ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਕਈ ਨਿਊਜ਼ ਰਿਪੋਰਟਰ ਭਰਾ ਵੀ ਨੇ ਵੀ ਜਿੱਧਰ ਨੂੰ ਵੀ ਦੇਖਦੇ ਆ ਲਹਿਰ ਕਿਹਦੀ ਆ ਭਾਈ ਅੰਮ੍ਰਿਤਪਾਲ ਸਿੰਘ ਦੀ ਕਾਹਦੇ ਵਾਸਤੇ ਬਾਹਰ ਕਢਾਉਣ ਵਾਸਤੇ ਬੰਦੀ ਸਿੰਘਾਂ ਨੂੰ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਉਂਕਿ ਬਈ ਇਹ ਦੇਖੋ ਲੋਕਤੰਤਰ ਅਗਲਾ ਕਹਿੰਦਾ ਲੋਕਤੰਤਰ ਹੈ ਜੀ ਲੋਕਾਂ ਦਾ ਤੰਤਰ ਸੀਗਾ ਹੈ ਨਹੀਂ ਕਿਉਂਕਿ ਲੋਕਾਂ ਦਾ ਤੰਤਰ ਤਾਂ ਉਹ ਹੁੰਦਾ ਵੀ ਜਦੋਂ ਲੋਕਾਂ ਨੂੰ ਇਜਾਜ਼ਤ ਹੋਵੇ ਕੋਈ ਵੀ ਮਤਲਬ ਆਪਣਾ ਹੱਕ ਲੈਣ ਦੀ ਉਰੇ ਇਜਾਜ਼ਤ ਤਾਂ ਹੈਗੀ ਹੈ ਪਰ ਲੇਕਿਨ ਹੱਕ ਦਿੱਤੇ ਨਹੀਂ ਜਾਂਦੇ ਇੱਥੇ ਤਾਂ ਫਿਰ ਅਗਲਾ ਕਹਿ ਦਿੰਦਾ ਜੀ ਹੱਕ ਖੋਂਦਾ ਗਾ ਕੋਈ ਹੱਕ ਖੋਣੇ ਪੈਂਦੇ ਨੇ ਫਿਰ ਕਹਿ ਦਿੰਦੇ ਜਿਵੇਂ ਉਹ ਸੰਤ ਨੇ ਕਿਹਾ ਸੀ ਕਿਹੜਾ ਢੱਡਰੀਆਂ ਵਾਲੇ ਨੇ ਵੀ ਜਿਹੜਾ ਸ਼ਸਤਰਾਂ ਦਾ ਟਾਈਮ ਨਹੀਂ ਇਹ ਵਿਚਾਰਾਂ ਦਾ ਸ਼ਸਤਰਾਂ ਦਾ ਟਾਈਮ ਵੀ ਫਿਰ ਭਾਈ ਵਿਚਾਰਨਾ ਪੈਂਦਾ ਜਦੋਂ ਕੋਈ ਹਕੂਮਤ ਜ਼ੁਲਮ ਕਰੇ ਫਿਰ ਉਦੋਂ ਸ਼ਾਸਤਰ ਗੁਰੂ ਦੇ ਦਿੱਤੇ ਹੋਏ ਕੱਢਣੇ ਪੈਂਦੇ ਨੇ ਫਿਰ ਉਦੋਂ ਉਹ ਵਰਤਣੇ ਪੈਂਦੇ ਨੇ ਸੋ ਜਿੰਨੇ ਵੀ ਪੰਜਾਬੀ ਤੁਸੀਂ ਭੈਣ ਭਰਾ ਦੇਖਦੇ ਹੋ ਮੈਨੂੰ ਸੁਣ ਰਹੇ ਹੋ ਮੇਰੀ ਆਵਾਜ਼ ਵੱਧ ਤੋਂ ਵੱਧ ਜਿਹੜਾ ਕਿ ਆਪਣਾ ਮੈਸੇਜ ਹੁੰਦਾ ਨਾ ਮੇਰੀ ਹੁਣ ਇਹੀ ਅਪੀਲ ਹੈ ਵੀ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਣਾ ਮੈਸੇਜ ਆਪਣੇ ਸਿੰਘਾਂ ਨੂੰ ਇੰਨਾ ਕਰੜਾ ਕਰ ਦੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਹਕੂਮਤ ਦੇ ਨਾਲ ਇਹ ਜ਼ਾਲਮ ਹਕੂਮਤਾਂ ਦੇ ਨਾਲ ਬੱਚਾ ਵੀ ਭਿੜ ਜੇ ਯਾਰ ਇੱਕ ਇੱਕ ਬੱਚੇ ਦੇ ਦਿਮਾਗ ਦੇ ਵਿੱਚ ਇਹੋ ਜਿਹੀ ਗੱਲ ਭਰ ਦਿਓ ਕਿ ਸਾਡਾ ਜਿਹੜਾ ਪਿਛਲਾ ਯਾਨੀ ਇਤਿਹਾਸ ਦੱਸੋ ਜਿਹੜਾ ਵੀ ਕੋਈ ਮਾਂ ਪਿਓ ਆਪਣੇ ਬੱਚਿਆਂ ਨੂੰ ਦੱਸਣਾ ਸ਼ੁਰੂ ਕਰੋ ਕਿ ਜਿਹੜਾ ਸਾਡਾ ਇਤਿਹਾਸ ਸੀ ਉਹਦੇ ਵਿੱਚ ਸਾਡੇ ਗੁਰੂਆਂ ਨੇ ਸਿਰ ਦਿੱਤੇ ਸੀ ਆਪਣੇ ਵਾਸਤੇ ਇਸੇ ਲਈ ਅਸੀਂ ਇਸ ਧਰਤੀ ਦੇ ਉੱਤੇ ਸਕੂਨ ਨਾਲ ਰਹਿ ਰਹੇ ਹਾਂ ਖੂਨ ਡੁੱਲਿਆ ਜਿਹੜੀ ਧਰਤੀ ਦੇ ਉੱਤੇ ਅੱਜ ਪੈਦਲ ਚੱਲ ਰਹੇ ਹਾਂ ਉੱਥੇ ਸਾਡਾ ਖੂਨ ਡੁੱਲਿਆ ਯੋਧਿਆਂ ਦਾ ਸਾਡੇ ਪੁਰਖਿਆਂ ਦਾ ਸਾਡੇ ਬਜ਼ੁਰਗਾਂ ਦਾ ਕਹਿ ਸਕਦੇ ਹਾਂ ਜਿਵੇਂ ਸਾਡੇ ਗੁਰੂ ਸਾਹਿਬ ਨੇ ਐਡੀਆਂ ਐਡੀਆਂ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਮੈਂ ਕਹਿੰਦਾ ਜੇ ਨਾਮ ਲਈਏ ਤਾਂ ਬੰਦੇ ਦਾ ਸਾਹ ਖਤਮ ਹੋ ਜਾਂਦਾ ਇੰਨੇ ਸਾਡੇ ਗੁਰੂ ਨੇ ਉਹ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਪੇਸ਼ ਕਰੂੰਗਾ ਕੋਈ ਗੱਲ ਨਹੀਂ ਬਾਕੀ ਤੁਸੀਂ ਸਾਰੇ ਜਾਣਦੇ ਹੋ ਬਾਕੀ ਕੋਈ ਭੈਣ ਭਰਾ ਨਹੀਂ ਜਾਣਦਾ ਉਹਨਾਂ ਨੂੰ ਆਪਾਂ ਸਾਰੀ ਗੱਲਬਾਤ ਪੇਸ਼ ਕਰਦੇ ਰਵਾਂਗੇ ਇਤਿਹਾਸ ਨਾਲ ਜੁੜੀਆਂ ਹੋਈਆਂ
ਪਰ ਅੱਜ ਦੀ ਘੜੀ ਜਿਹੜੀ ਪੰਜਾਬ ਦੇ ਵਿੱਚ ਹਰ ਆਏ ਦਿਨ ਅਪਡੇਟ ਤੇ ਅਪਡੇਟ ਬਦਲਦੀ ਰਹਿੰਦੀ ਹੈ। ਕਦੇ ਸਰਕਾਰ ਸਾਡੇ ਉੱਤੇ ਜ਼ੁਲਮ ਕਰ ਦਿੰਦੀ ਹੈ ਸਾਡੇ ਸਿੰਘਾਂ ਦੇ ਉੱਤੇ, ਤੇ ਕਦੇ ਸਾਡੇ ਸਿੰਘ ਐਸੀ ਮੁਹਿੰਮ ਚੱਕ ਲੈਂਦੇ ਨੇ ਕਿ ਸਰਕਾਰ ਦੇ ਨੱਕ ਦੇ ਵਿੱਚ ਦਮ ਹੋ ਜਾਂਦਾ, ਉਹਨਾਂ ਦੇ ਕੰਨਾਂ ਦੇ ਤੇ ਸੇਕ ਪਹੁੰਚਾ ਦਿੱਤਾ ਜਾਂਦਾ ਸਾਡੇ ਸਿੰਘਾਂ ਦੇ ਦੁਆਰਾ। ਸੋ ਹੁਣ ਜਿਹੜੀ ਉਹ ਗੱਲ ਹੋ ਹੀ ਚੁੱਕੀ ਹੈ, ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਦਿੰਦਾ, 20 ਅਕਤੂਬਰ ਯਾਦ ਰੱਖਿਓ ਪੰਜਾਬੀਓ, 20 ਅਕਤੂਬਰ ਜਿਹੜਾ ਕਿ ਸੈਂਟਰ ਗੌਰਮੈਂਟ ਨੂੰ ਅਲਟੀਮੇਟਮ ਦੇ ਦਿੱਤਾ ਵੀ 20 ਅਕਤੂਬਰ ਦੇ ਤੱਕ ਜੇ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘ ਰਿਹਾ ਨਾ ਹੋਏ ਤੇ ਅਸੀਂ ਕੋਈ ਅਕਾਲ ਤਖ਼ਤ ਸਾਹਿਬ ਤੋਂ ਵੱਡਾ ਕੋਈ ਯਾਨੀ ਕਿ ਸੰਘਰਸ਼ ਵਿੱਢਾਂਗੇ ਤੇ ਉਹਦਾ ਸਾਹਮਣਾ ਕਰਨ ਲਈ ਫਿਰ ਤਿਆਰ ਹੋ ਜਾਣ ਦੋਨੇ ਗੌਰਮੈਂਟਾਂ, ਚਾਹੇ ਉਹ ਪੰਜਾਬ ਦੀ ਹੈ ਤੇ ਚਾਹੇ ਫਿਰ ਉਹ ਸੈਂਟਰ ਦੀ ਹੈ। ਕਿਉਂਕਿ ਪੰਜਾਬ ਅੱਜ ਮੈਂ ਕਹਿੰਦਾ ਤੁਹਾਨੂੰ ਤੁਹਾਡੇ ਸਾਹਮਣੇ, ਪੰਜਾਬ ਉਸ ਦਿਨ ਇੱਕ ਮੁੱਠੀ ਹੋਊਗਾ। ਬੱਚਾ ਵੀ ਮੈਂ ਕਹਿੰਦਾ ਜਿਹੜਾ ਕੋਈ ਯੋਗਦਾਨ ਦੇ ਸਕਦਾ ਦੇ ਦਿਓ, ਕਿਉਂਕਿ ਇਹ ਸਾਡੇ ਪੰਥ ਦੇ ਨਾਲ ਜੁੜੀਆਂ ਹੋਈਆਂ ਗੱਲਾਂ, ਸਾਡੀ ਕੌਮ ਦੇ ਨਾਲ ਸਾਡੀ ਇੱਜ਼ਤ ਲੱਗੀ ਹੋਈ ਹੈ ਦਾਮਾਂ ਤੇ ਇਹਨਾਂ ਦੇ। ਕਿਉਂਕਿ ਹੱਕ ਖੋਣ ਦਾ ਮਤਲਬ ਕੀ ਹੈ, ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਲਾਮ ਬਣਾਇਆ ਜਾਊਗਾ। ਜੇ ਆਪਾਂ ਬਾਜੀ ਹਾਰਦੇ ਹਾਂ ਨਾ ਅੱਜ, ਤਾਂ ਆਉਣ ਵਾਲੇ ਜਿਹੜੇ ਬੱਚੇ ਨੇ ਪੀੜ੍ਹੀਆਂ ਨੇ, ਨਸ਼ਿਆਂ ਦੇ ਤਾਂ ਉਹਨਾਂ ਨੂੰ ਲਾ ਹੀ ਦਿੱਤਾ ਗਿਆ, ਉਹਨਾਂ ਦੇ ਹੱਕ ਖੋ ਕੇ ਆਉਣ ਵਾਲੀਆਂ ਸਰਕਾਰਾਂ ਜਿਹੜੀਆਂ ਹੋਰ ਇਹਨਾਂ ਦੀਆਂ ਨਵੀਆਂ ਗੰਦੀਆਂ ਨੀਤੀਆਂ ਆਉਣਗੀਆਂ, ਉਹ ਇਹਨਾਂ ਨੂੰ ਗੁਲਾਮ ਬਣਾਉਣਗੀਆਂ ਉਸ ਤਰ੍ਹਾਂ ਜਿਵੇਂ ਕਿ ਅੰਗਰੇਜ਼ਾਂ ਦੇ ਰਾਜ ਵਿੱਚ ਆਪਾਂ ਸਾਰੇ ਗੁਲਾਮ ਸੀ। ਹੁਣ ਤੁਸੀਂ ਫੈਸਲਾ ਕਰਨਾ ਵੀ ਗੁਲਾਮੀ ਗਲ ਚ ਪਾਉਣੀ ਹੈ ਤੇ ਜਾਂ ਫਿਰ ਗੁਲਾਮੀ ਗਲੋਂ ਲਾ ਕੇ ਇਹਨਾਂ ਹਕੂਮਤਾਂ ਨੂੰ ਜਵਾਬ ਦੇਣਾ ਮੂੰਹ ਤੋੜ। ਇਹ ਪੰਜਾਬੀਓ ਆਪਣੇ ਹੱਥ ਦੇ ਵਿੱਚ ਆ, ਮੁੱਠੀ ਦੇ ਵਿੱਚ ਹੁੰਦੀਆਂ ਸਰਕਾਰਾਂ, ਇਹ ਕੋਈ ਇਹਨਾਂ ਦੀ ਪਾਵਰ ਨਹੀਂ। ਬਣਾਉਣੇ ਆ ਤਾਂ ਆਪਾਂ ਇਹਨਾਂ ਨੂੰ ਲਾ ਵੀ ਸਕਦੇ ਹਾਂ ਯਾਰ। ਹੁਣ ਮੇਰੀ ਆਖਰੀ ਤੇ ਇਹੀ ਅਪੀਲ ਹਰ ਸਿੰਘ ਨੂੰ, ਹਰ ਭੈਣ ਨੂੰ, ਹਰ ਭਰਾ ਨੂੰ ਤੇ ਹਰ ਮਾਂ ਨੂੰ, ਹਰ ਬਜ਼ੁਰਗ ਨੂੰ, ਇੱਕ ਇੱਕ ਬੱਚੇ ਦੇ ਕੋਲ, ਇੱਕ ਇੱਕ ਭੈਣ ਭਰਾ ਦੇ ਕੋਲ, ਇੱਕ ਇੱਕ ਸਿੰਘ ਦੇ ਕੋਲ ਇਹ ਵੀਡੀਓ ਦਾ ਮੈਸੇਜ ਜਾਵੇ, ਤਾਂ ਕਿ ਉਹਨਾਂ ਦੇ ਵਿੱਚ ਜਿਹੜਾ ਭੈਣ ਭਰਾ ਕੋਈ ਸੁੱਤਾ ਇਹਨਾਂ ਗੱਲਾਂ ਤੋਂ ਵਾਂਝਾਗਾ, ਉਹਨਾਂ ਦੇ ਵਿੱਚ ਜਜ਼ਬਾ ਐਸਾ ਪੈਦਾ ਹੋ ਜਾਵੇ ਕਿ ਇਹਨਾਂ ਨੂੰ ਫਿਰ ਤੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਯਾਦ ਆ ਜਾਣ, ਹਕੂਮਤਾਂ ਦੀ ਐਸੀ ਯਾਨੀ ਕਿ ਦਸ਼ਾ ਹੋ ਜਾਵੇ ਤੇ ਪੂਰਾ ਸੰਸਾਰ ਦੇਖੇ ਪੰਜਾਬ ਦੇ ਵਿੱਚ ਰਾਜ ਕਿਹਦਾ ਹੁੰਦਾ। ਬਸ ਇਹੀ ਅਪੀਲ ਹੈ, ਅਗਲੀ ਅਪਡੇਟ ਤੇ ਠਾਵਾਂਗੇ ਗੱਲ ਦੇਣਾ ਲੋਕਾਂ ਦੀ ਜਿਹੜੇ ਸਾਡੇ ਸਿੰਘਾਂ ਦੇ ਖਿਲਾਫ ਚੱਲਦੇ ਨੇ। ਤੇ ਬਾਕੀ ਮੇਰੀ ਉਹੀ ਫੇਰ ਅਪੀਲ ਹੁੰਦੀ ਆ ਬਾਰ ਬਾਰ ਕਿ ਭਾਈ ਵੀਡੀਓ ਨੂੰ ਸ਼ੇਅਰ ਕਰਨ ਦੇ ਲੱਗਿਆਂ ਤੁਹਾਡਾ ਕੋਈ ਟਾਈਮ ਨਹੀਂ ਲੱਗਦਾ, ਕਿਉਂਕਿ ਸਾਡੇ ਯੋਧਿਆਂ ਦੀ, ਸਾਡੇ ਸੂਰਵੀਰਾਂ ਦੀ ਗੱਲ ਹੈ। ਤੇ ਜਿਹੜਾ ਕੋਈ ਭੈਣ ਭਰਾ ਨਵਾਂ ਚੈਨਲ ਤੇ ਹੁੰਦਾ ਉਹ ਸਬਸਕ੍ਰਾਈਬ ਕਰ ਸਕਦੇ ਹੋ, ਤਾਂ ਕਿ ਅਗਲਾ ਨੋਟੀਫਿਕੇਸ਼ਨ ਜਿਹੜਾ ਅਸੀਂ ਪਾਵਾਂਗੇ ਉਹ ਤੁਹਾਡੇ ਤੱਕ ਪਹੁੰਚਦਾ ਰਹੂਗਾ। ਧੰਨਵਾਦ ਜੀ। ਵੀਰੋ, ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘ ਉਹਨਾਂ ਦੀ ਰਿਹਾਈ ਦੇ ਬਾਰੇ ਇੱਕ ਵੱਡੀ ਖੁਸ਼ਖਬਰੀ ਹੈ, ਕਿਉਂਕਿ ਜਿਹੜਾ ਬਾਬਾ ਬਕਾਲਾ ਸਾਹਿਬ ਦੇ ਵਿੱਚ ਇਕੱਠ ਹੋਇਆ ਸੀ, ਉੱਥੇ ਸਰਬਜੀਤ ਸਿੰਘ ਖਾਲਸਾ ਤੇ ਉਹਨਾਂ ਦੇ ਜਿਹੜੇ ਪਿਤਾ ਵਾ ਭਾਈ ਅੰਮ੍ਰਿਤਪਾਲ ਸਿੰਘ ਦੇ, ਉਹਨਾਂ ਨੇ 20 ਅਕਤੂਬਰ ਦਾ ਐਲਾਨ ਕੀਤਾ ਵਾ, ਇੱਕ ਡੇਟ ਦਾ ਐਲਾਨ ਕੀਤਾ ਵਾ। ਅਗਰ ਗੌਰਮੈਂਟ ਇਹ ਬਾਜ਼ ਨਹੀਂ ਆਉਂਦੀ ਆਪਣੇ ਹੱਥ ਕੰਡਿਆਂ ਤੋਂ, ਤਾਂ ਫਿਰ ਅਸੀਂ ਕੋਈ ਵੱਡਾ ਫੈਸਲਾ ਲਵਾਂਗੇ। ਵੀਰੋ, ਇਹ ਤਾਂ ਅਸੀਂ ਬਾਅਦ ਵਿੱਚ ਦੇਖਾਂਗੇ ਕੀ ਫੈਸਲਾ ਲਿਆ ਜਾਏਗਾ, ਲੇਕਿਨ ਇੱਕ ਅੱਛੀ ਗੱਲ ਹੈ, ਇੱਕ ਟਾਈਮ ਲਿਮਿਟ ਦੇਤੀ ਹੈ ਤਾਂ ਕਿ ਜਿਹੜੀ ਸਿੱਖ ਕੌਮ ਹੈ ਉਹਦੇ ਵਾਸਤੇ ਤਿਆਰ ਹੋ ਜਾਏ। ਹੁਣ ਸਰਬਜੀਤ ਸਿੰਘ ਖਾਲਸਾ ਤੇ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਵਾ ਉਹਦੇ ਵਾਸਤੇ ਸੰਘਰਸ਼ ਕਰਨਗੇ, ਆਵਾਮ ਨੂੰ ਤਿਆਰ ਕਰਨਗੇ, ਸਿੱਖ ਪੰਥ ਨੂੰ ਤਿਆਰ ਕਰਨਗੇ। ਵੀਰੋ, ਬੰਦੀ ਸਿੰਘਾਂ ਨੇ ਆਪਣੀਆਂ ਸਲਾਹਾਂ ਕੱਟ ਲਈਆਂ ਵੈ, ਲੇਕਿਨ ਗੌਰਮੈਂਟ ਉਹ ਨਹੀਂ ਛੱਡ ਰਹੀ, ਇਹ ਧੱਕਾ ਵੈ। ਅੰਮ੍ਰਿਤਪਾਲ ਸਿੰਘ ਦਾ ਕੀ ਕਸੂਰ ਹੈ ਕਿ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ, ਨੌਜਵਾਨਾਂ ਨੂੰ ਗੁਰੂਆਂ ਸਾਹਿਬਾਨ ਗੁਰਗਰਾਂ ਦੇ ਨਾਲ ਜੋੜਦਾ ਸੀ, ਨਸ਼ਿਆਂ ਤੋਂ ਹਟਾਉਂਦਾ ਸੀ, ਇਹ ਉਹਦਾ ਕਸੂਰ ਹੈ। ਅੱਜ ਅੰਮ੍ਰਿਤਪਾਲ
ਆਪਣੇ ਸਟੈਂਡ ਤੋਂ ਪਿੱਛੇ ਹਟ ਜਾਵੇ, ਇਹ ਕੰਮ ਕਰਨੇ ਬੰਦ ਕਰ ਦੇਵੇ ਤਾਂ ਗੌਰਮੈਂਟ ਅੱਜ ਉਹਨੂੰ ਛੱਡ ਦੇਗੀ, ਬਲਕਿ ਆਪਣੇ ਨਾਲ ਲਾ ਲਏਗੀ। ਅਤੇ ਵੀਰੋ ਇਹ ਇੱਕ ਬਹੁਤ ਪੋਜ਼ਿਟਿਵ ਤੋਂ ਵੱਡੀ ਖਬਰ ਹੈ। ਤੁਹਾਨੂੰ ਇਹ ਖਬਰ ਕਿਸ ਤਰ੍ਹਾਂ ਦੀ ਲੱਗੀ, ਤੁਹਾਡਾ ਇਸ ਬਾਰੇ ਕੀ ਕਹਿਣਾ ਮੈਂ, ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ। ਆਪਣਾ ਢੇਰ ਸਾਰਾ ਖਿਆਲ ਰੱਖਿਓ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।